ਕਿ 1 ਲੱਖ ਜਿਹੜੀ ਸਾਮੀ ਖਾਲੀ ਪਈ ਉਹ ਕਿਹਨੂੰ ਭਰਨੀ ਭਾਈ ਜੇ ਤੁਹਾਡੇ ਕੋਲ ਪੈਸੇ ਤਾਂ ਲੱਖ ਸਾਮੀ ਭਰੋ ਸਭ ਤੋਂ ਸੌਖਾ ਤਰੀਕਾ ਹੈ ਹਾਂਜੀ ਇੱਕ ਘਰ 'ਚ 5 ਬੰਦੇ ਹੁੰਦੇ ਆ 5 ਲੱਖ ਬੰਦਿਆਂ ਨੂੰ ਰੋਜ਼ਗਾਰ ਮਿਲ ਜੂ ਨਾਲੇ 5 ਲੱਖ ਬੰਦੇ ਅੱਗੇ ਬੱਚੀ ਨੂੰ ਦੱਸਣ ਵੀ ਕਿਹੜੇ ਮੂੰਹ ਨਾਲ ਰੱਖਿਆ ਸੀ ਔਰ ਇਹ 4 ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਕਿਉਂ ਦਿਖਾਤੀ ਸਾਡਾ ਸਰਕਾਰ ਤੇ ਕੋਈ ਬੋਝ ਨਹੀਂ ਅਸੀਂ 183 ਕਰੋੜ ਰੁਪਈਆ ਤੁਹਾਨੂੰ ਦੇ ਰਹੇ ਆ ਸਾਰਾ ਤੁਹਾਨੂੰ ਕਿਹਾ ਸੀ ਕਿ 5 ਦਿਨਾਂ ਬਾਅਦ ਕੈਬਨਿਟ ਦੀ ਗੱਲ ਕੀਤੀ ਤੇ ਮੈਂ ਮੰਤਰੀ ਬਾਤ ਸੀ ਬਾਦਲ ਤੋਂ ਫਿਰ ਇਹ ਵੀ ਨਾ ਗੱਲ ਕਰ ਮੰਤਰੀ ਬੈਠਦੇ ਸੀ ਉੱਥੇ ਬੇਟਾ ਹਰ ਰੋਜ਼ ਇੱਕ ਮੰਤਰੀ ਬੈਠਦਾ ਸੀ ਕਿਉਂ ਬਿਠਾਈ ਸੀ ਵੀ ਤੁਹਾਨੂੰ ਸਿੱਧੇ ਜਵਾਬ सारे कहने सोने चुड़ी कह देना अब सब तो वध करजाई सूबा बेटा कैपिटल एक्सपेंडिचर हुंदा ना जिहड़ा जे मैं झूठ बोला तो फिर मेरा राजनीति च रहने का कोई फायदा बोलिया कि सूबा एक बंदे ते किन्ना खर्चा पंजाब 870 मील हरियाणा 6000 गोवा 14000 जे मैं जाता रहा तो मैं तुहानू एक गल का वचन ये मैनू रब ने इस तरीके खड़ा रखा तो एक दिन आएगा एक एक बंदे दे उत्ते पंजाब दे विच 15000 रुपया खर्चा समझ लो ये मेरा भी तुहाडे वांग सुपना है कोई ये नहीं है भी मैं तुहाडे वांग सुपने नहीं देखता पर सुपने बेटा नीतियां दे नाल हुंदे नीयत नाल हुंदे ਵੀ ਤੁਸੀਂ ਮੈਨੂੰ ਸਵੇਰੇ ਟਾਈਮ ਦਿਓ ਬੇਟਾ ਹਾਂਜੀ ਲੈ ਲਓ ਮੈਂ ਉੱਤੇ ਜਿਹੜੇ ਕੋਠੇ ਤੇ ਵਿਚਾਰੇ ਬੈਠੇ ਆ ਮੈਂ ਉੱਥੇ ਆਪ ਠੀਕ ਹੈ ਆ ਜਿਹੜੀ ਤੁਸੀਂ ਵੀਡੀਓ ਬਣਾਈ ਹੈ ਮੇਰੇ ਵਾਲੀ ਹੈ ਮੈਂ ਅੱਜ ਟਵੀਟ ਵੀ ਪਾਇਆ ਉਹ ਵੀ ਪੰਜਾਬੀ ਚ ਪੜਾ ਦਿਓ ਠੀਕ ਹੈ ਨਹੀਂ ਦੂਜੀ ਗੱਲ ਇਹ ਕਿ ਮੈਂ ਕੋਠੇ ਆ ਕੇ ਆਪ ਜੂਸ ਪਿਲਾਉਂਦਾ ਜੂਸ ਪਿਲਾਉਂਦਾ ਨਾਲੇ ਗੱਲ ਨੂੰ ਕਲੀਅਰਲੀ ਸਮਝ ਲਓ कि जे ऐद की गलती कर ली तुसी वोटां पा ते इस सूबे दे जिम्मेदार फिर तुसी हो मेरी गल याद रखा तुहाडे मगर पावांगे जिथे कहोगे उथे पावांगे मैं कहना ही नहीं उथे तुहाडे मुंह तों मैनूं इह लगूगा वी पंजाब दा हित नहीं है उथे सिद्धू नहीं सर तुहाडे मुंह पावांगे जिथे कहोगे उथे पावांगे याद रख बेनती है जी सर रिपोर्ट सर सर मेरी गल सुन लो पहला सर दी गल हो लेना पूरी गल हो हां जी सवाल ये है बेटा कि मैं 3 तो 5 कह रहा जे 5 हो ना एक बंदा दुखी नहीं रहू की मंगता वो भी भाई मैनू तुसी 3 साल 10000 ना दो 40 दो 30 तो 35 दो जो टीचर है तो टीचर का रुतबा गुरु का है जी फिर जे कच्चे इंपलॉई ने जे बंदे 26 लाख नौकरी की गल करते उन्होंने पूछो कि 1 लाख जी सामी खाली पई कि भर दी भाई जे थोड़े को पैसे तो लख सामी भरो सब तो सौखा तरीका है एक घर 'च 5 बंदे होंगे 5 लाख बंद रुजगार मिल जू नाले 5 लाख बंदे अगे बच्ची नूं दसण ठीक कह रहे हैं नहीं भरी गई ना नहीं भरी गई इस करके जिहड़ी ये वित्तीय हालत है बेटा ये तेरे इन्हां चीज़ां दे नाल नहीं भरनी ये पॉलिसी दे नाल भरनी है उस पॉलिसी दे लई लड़ना थोड़ी ही लड़ाई लड़ना ਮਿੰਟ
ਸਾਨੂੰ ਵੀ ਗੋਦ ਲਓ ਅਸੀਂ ਐਕਸਲ ਦੇ ਨਾਲ ਮੈਨੂੰ ਤੂੰ ਦੱਸ ਕਿੱਥੇ ਆ ਆ ਖਾਲੀ ਪੋਸਟਾਂ ਦੀ ਗਿਣਤੀ ਹੈ ਜੀ ਟੈਕਨੀਕਲ ਵਿੱਚ ਬਿਜਲੀ ਬੋਰਡ ਦੇ ਵਿੱਚ ਸਾਡੇ ਡੈਥ ਕੇਸ ਨੇ ਜੀ ਸਾਨੂੰ ਕਿਉਂ ਨਹੀਂ ਵਿਚਾਰਦੇ ਅਸੀਂ ਪੈਸੇ ਭਰ ਅਸੀਂ ਪੈਸੇ ਭਰ ਦੀ ਗੱਲ ਕਰਦੇ ਹਾਂ ਸਰ ਸਰ ਤੁਸੀਂ ਬਜਟ ਦੀ ਗੱਲ ਕਰਦੇ ਹੋ ਪੈਸੇ ਮੋੜ ਕੇ ਲੱਗਣੇ ਆ ਤੁਸੀਂ ਨਰਸਿੰਗ ਅਸੀਂ 200 ਕਰੋੜ ਦਾ ਸਾਰਾ ਲਾਉਣਾ ਹੈ 183 ਕਰੋੜ ਰੁਪਏ ਬੰਦਾ ਬੋਲੇ ਨਾ ਦੇਖੋ ਬੇਟਾ ਤੁਸੀਂ ਨਰਸਿੰਗ ਸਟਾਫ ਹੋ ਕੋਵਿਡ ਚ ਰੱਖੇ ਗਏ ਠੀਕ ਹੈ ਕਿਨੇ ਰੱਖੇ ਸੀ ਉਦੋਂ ਕੌਣ ਸੀ ਸੀਐਮ वित्ती हालत बेटा समृद्ध नहीं हो और तुहानू मैं फिर कह रहा ऐतकी वोट ध्यान मैनू किसी चीज की परवाह नहीं मैं कोई पोस्ट नहीं दी मैं थोड़े घर मंत्रालय छे सारा कुछ क्यों छे इस करके छे भी तुहानू अवेयरनेस हो पहला बेवकूफ बना जाते ठीक है फिर 5 साल देखो जिहड़ा पे कमीशन है बेटा पहला ध्यान ना समझ पहले दिन तो मिलना चाहिए ये थोड़ा भी लास्ट 3 महीने मिले बिजली बोर्ड ने नौकरी वापस कर रहे कौन है कि मैं अज शाम ही थोड़े जिहड़े ये मते ने हल करांगे ਉਹ ਤੁਹਾਡੇ ਸਰ ਤੁਹਾਡੇ ਸ਼ਬਦਾਂ ਤੇ ਖੜੇ ਆ ਸਾਨੂੰ 2 ਮਹੀਨੇ ਹੋ ਗਏ ਜੀ 5 ਦਿਨ ਛੱਡੋ ਜੀ ਸਾਡੀ ਤੇ ਮੈਂ ਦੇਖ ਬੇਟਾ ਦੇਖ ਮੈਨੂੰ ਕੋਈ ਚੀਜ਼ ਦੀ ਕੋਈ ਜੇ ਮੈਂ ਤੁਹਾਨੂੰ ਕਿਹਾ ਸੀ ਕਿ 5 ਦਿਨਾਂ ਬਾਅਦ ਕੈਬਨਿਟ ਦੀ ਗੱਲ ਕੀਤੀ ਤੇ ਮੈਂ ਮੰਤਰੀ ਬਾਤ ਸੀ ਬਾਦਲਪੁਰ ਫਿਰ ਇਹ ਨਾ ਗੱਲ ਕਰ ਮੰਤਰੀ ਬੈਠਦੇ ਸੀ ਉੱਥੇ ਬੇਟਾ ਹਰ ਰੋਜ਼ ਇੱਕ ਮੰਤਰੀ ਬੈਠਦਾ ਸੀ ਕਿਉਂ ਬਿਠਾਏ ਸੀ ਵੀ ਤੁਹਾਨੂੰ ਸਿੱਧੇ ਜਵਾਬ ਇਸੇ ਕਰਕੇ ਬਿਠਾਈ ਸੀ ਨਾ ਬੇਟਾ ਤੁਸੀਂ ਮਿਲੇ ਆਪਣੇ ਮੰਤਰੀ ਪਰ ਸਰ ਸਾਡੀ ਤਾਂ ਕੋਈ ਸੁਣਦਾ ਨਹੀਂ ਮੰਤਰੀ ਮਿਲਣ ਦਾ ਸਰ ਮਿਲੇ ਜੀ ਮਿਲੇ ਨਾ ਬਹੁਤ ਮਗਰ ਤੇ ਉਹਨਾਂ ਦੇ ਜੀ ਹੁਣ ਤੂੰ ਮੈਨੂੰ ਦੱਸ ਅਸੀਂ ਮੇਰੇ ਇੱਕ ਮਿੰਟ ਧਿਆਨ ਹੁਣ ਤੂੰ ਆਣਾ ਤੁਹਾਡੇ ਨਾਲ ਕਿਤੇ ਇਕਰਾਰ ਨਾ ਟੁੱਟ ਗਈ ਦੇਖ ਨਾ ਮੇਰੀ ਗੱਲ ਨੂੰ ਸੁਣ ਕਿੱਥੇ ਮਰਦੀ ਹੋ ਗੱਲ ਨੂੰ ਸੁਣ ਮੇਰੇ ਕੋਲ ਆਰਗੇਨਾਈਜੇਸ਼ਨ ਦਾ ਪਾਵਰ ਹੈ ਬੇਟਾ ਹਾਂਜੀ ਸਰ ਮੇਰੇ ਕੋਲ ਐਡਮਿਨਿਸਟ੍ਰੇਟਿਵ ਪਾਵਰ ਹੈ ਜੇ ਮੇਰੇ ਕੋਲ ਐਡਮਿਨਿਸਟ੍ਰੇਟਿਵ ਪਾਵਰ ਹੋਵੇ ਫਿਰ ਮੈਂ ਜ਼ਿੰਮੇਵਾਰ ਸਰ ਅਸੀਂ ਦੀਵਾਲੀ ਇਸ ਕਰਕੇ ਬੇਟਾ ਧਿਆਨ ਨਾਲ ਸਮਝ ਮੈਂ ਵੀ ਮੇਰੀ ਕੁੜੀ ਦੇ ਵੀ ਕਹਿ ਕੇ ਦੀਵਾਲੀ ਅਸੀਂ ਲੇਰੀ ਬਣਾਈ ਅਸੀਂ ਦੀਵਾਲੀ ਵੀ ਚੰਨੀ ਸਾਹਿਬ ਦੇ ਘਰ ਗੁਰਦੁਆਰੇ ਮੰਜੇ ਦੀ